ਸਬਸਕ੍ਰਾਈਬ ਕਰੋ ਟਰੈਕਟਰ ਫੈਨ ਚੈਨਲ ਨੂੰ, ਦੱਬੋ ਇਹ ਨੋਟੀਫਿਕੇਸ਼ਨ ਬੈਲ ਨੂੰ ਟਰੈਕਟਰਾਂ ਦੀਆਂ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ। ਮੇਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਵੀਰ ਜੀ, ਕੋਈ ਵੀ ਨਵਾਂ ਟਰੈਕਟਰ ਲੈਣਾ ਹੋਵੇ, ਸਭ ਤੋਂ ਪਹਿਲਾਂ ਇਹ ਮੇਰੇ ਨਾਲ ਗੱਲ ਕਰ ਲਿਓ। ਮੈਂ ਆਪਣਾ ਨੰਬਰ ਤੁਹਾਨੂੰ ਦੱਸ ਦਿੰਦਾ ਜੀ, 98553-24233। ਵੀਰੇ, ਇਹ ਮੈਸੀ ਕੰਪਨੀ ਦਾ ਟਰੈਕਟਰ ਹੈ, 9500 ਮੈਸੀ। ਵੀਰੇ, ਇਸ ਨੂੰ ਕੋਈ ਵੀ ਬੰਦਾ ਭੁੱਲ ਕੇ ਨਾ ਲਿਓ। ਮੈਂ 2014 ਦੇ ਵਿੱਚ ਲਿੱਤਾ ਸੀ, 14 ਦੇ ਵਿੱਚ ਹੀ ਮੇਰਾ ਮੈਸੀ ਕੰਪਨੀ ਨਾਲ ਕੇਸ ਚੱਲਦਾ ਪਿਆ। ਇਹਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਇਹਦੀ ਨਾ ਤਾਂ ਲਿਫਟ ਕੰਮ ਕਰਦੀ ਹੈ ਪ੍ਰੋਪਰ, ਨਾ ਇਹ ਤੇਲ ਘੱਟ ਖਾਂਦਾ। ਇਹਨਾਂ ਨੇ ਕਹਿ ਕੇ ਭੇਜਿਆ ਸੀ ਵੀ 2 ਲੀਟਰ ਟੈਂਕ 2 ਲੀਟਰ ਤੇਲ ਨਾਲ ਇਹ ਤੂੜੀ ਦੀ ਟਰਾਲੀ ਭਰਿਆ ਕਰੂਗਾ। ਇਹ ਖਾਂਦਾ 8 ਲੀਟਰ ਤੇਲ, 10 ਲੀਟਰ ਤੇਲ, ਤੇ ਚਾਰੇ ਪਾਸੇ ਤੋਂ ਇਹਦਾ ਇੰਜਣ ਲੀਕ ਹੋ ਰਿਹਾ। ਡੀਜ਼ਲ ਪੰਪ ਇਹਦਾ ਮੈਂ 3 ਵਾਰ ਕਰਵਾ ਚੁੱਕਿਆ, ਤੇ ਗੇਅਰ ਜੇ ਵਿੱਚੋਂ ਇਹਦੇ ਕੋਈ ਆਵਾਜ਼ ਆਉਂਦੀ ਹੈ ਉਹ ਇਹਨਾਂ ਨੂੰ ਅੱਜ ਤੱਕ ਕੰਪਨੀ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਕਾਹਦੀ ਆਉਂਦੀ ਹੈ। ਲਿਫਟ ਪੰਪ 2 ਵਾਰ ਕਰਾ ਚੁੱਕਿਆ। ਸਾਰਿਆਂ ਨੂੰ ਇਹੀ ਰਿਕੁਐਸਟ ਆ, ਮੈਸੀ ਟਰੈਕਟਰ ਨਾ ਲਿਓ ਭਾਈ। ਜਿਹਨੇ ਵੀ ਲੈਣਾ ਜੌਨ ਡੀਅਰ 855 ਟਰੈਕਟਰ ਲਏ, ਉਹ ਸਭ ਤੋਂ ਫੁੱਦੂ ਟਰੈਕਟਰ ਆ ਮੈਸੀ। ਇਹ 1700 ਘੰਟੇ ਚੱਲਿਆ। ਮੈਂ ਕਿਹਾ ਪਟਿਆਲੇ ਦੇ ਵਿੱਚ ਕੋਈ ਐਸਾ ਮਿਸਤਰੀ ਨਹੀਂ ਹੈਗਾ ਜਿਹਨੇ ਇਹਦੇ ਉੱਤੇ ਟ੍ਰੇਨਿੰਗ ਨਾ ਲਿੱਤੀ ਹੋਵੇ। ਹਰ ਇੱਕ ਮਿਸਤਰੀ ਨੇ ਟਰੈਕਟਰ ਖੋਲ ਚੁੱਕਿਆ, ਕਿਸੇ ਤੋਂ ਇਹ ਸੈਟਿੰਗ ਨਹੀਂ ਆਉਂਦੀ ਇਹਦੀ। ਆਹ ਦੇਖੋ, ਥਾਂ ਥਾਂ ਤੋਂ ਲੀਕ ਹੋਣਾ। ਮੈਂ ਤੁਹਾਨੂੰ ਦਿਖਾਉਣਾ ਜੀ ਟਰੈਕਟਰ, ਇਹ ਅਜੇ ਹੁਣ ਵੀ ਮੈਂ ਰਿਪੇਅਰ ਕਰਾ ਕੇ ਹਟਿਆ ਲਿਫਟ, ਪਰ ਹੁਣ ਕੁਛ ਫਰਕ ਲੱਗਦਾ ਮੈਨੂੰ ਵੀ ਲਿਫਟ ਚੱਕਣ ਲੱਗ ਜੂਗਾ। ਰੋੜਾ ਪੀਟਰ ਨੂੰ ਇਹ ਨਹੀਂ ਚੱਕਦਾ, ਰੋੜਾ ਪੀਟਰ ਦੇ ਵਿੱਚ ਵੀ 1 ਕਿੱਲੇ ਦੇ ਵਿੱਚ 10 ਲੀਟਰ ਤੇਲ ਖਾਂਦਾ ਹੈ।